ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਫਿਰ ਸ਼ੁਰੂ ਹੋਵੇਗਾ ਘਰ ਤੋਂ ਕੰਮ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਵਧੀਆ ਚਿੰਤਾਵਾਂ ਵਿਚਕਾਰ ਕੰਪਨੀਆਂ ਕਰ ਰਹੀਆਂ ਨੇ ਵਿਚਾਰ ਤਾਜ਼ਾ ਵਰਦੀ ਖਬਰ ਆ ਚੁੱਕਿਆ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਅੱਜ ਤੋਂ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਚੀਨ ਸਮੇਤ ਕਈ ਦੇਸ਼ਾਂ 'ਚ ਕਰੋਨਾ ਵਾਇਰਸ ਦੇ ਨਵੇਂ ਰੂਪ ਕਾਰਨ ਵੱਧਦੇ ਮਾਮਲਿਆਂ ਵਿਚਾਲੇ ਭਾਰਤ 'ਚ ਇਸ ਮਹਾਮਾਰੀ ਦੀ ਅਗਲੀ ਲਹਿਰ ਨੂੰ ਲੈ ਕੇ ਚਿੰਤਾ ਵਧ ਗਈ ਹੈ ਭਾਰਤੀ ਉਦਯੋਗ ਵੀ ਕੋਵਿਡ-19 ਤੋਂ ਸਕਰਮਲ ਦੇ ਰੋਗ ਤੋਂ ਲੈ ਕੇ ਸਾਵਧਾਨ ਪਹੁੰਚਾ ਰਹੇ ਨੇ ਜਿਵੇਂ ਕਿ ਇਸ ਦੌਰਾਨ ਕਈ ਕੰਪਨੀਆਂ ਵਰਕ ਫਰੋਮ ਹੋਮ ਯਾਨੀ ਕਿ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਦੀ ਇਜਾਜ਼ਤ ਦੇ ਵਿਕਲਪ ਤੇ ਫਿਰ ਤੋਂ ਵਿਚਾਰ ਕਰ ਰਹੀਆਂ ਨੇ ਜੇਕਰ ਦੇਸ਼ 'ਚ ਕਰੋਨਾ ਇਨਫੈਕਸ਼ਨ ਕਾਰਨ ਸਥਿਤੀ ਵਿਗੜਦੀ ਹੈ ਤਾਂ ਸੈਰਸਪਾਟਾ ਪਾਚਨਹਾਰੀ ਰੀਅਲ ਏਸਟੇਟ ਸੈਕਟਰ ਤੇ ਕੰਪਨੀਆਂ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਦੀ ਇਜਾਜ਼ਤ ਦੇ ਸਕਦੀਆਂ ਨੇ ਪਿਛਲੇ ਹਫਤੇ ਕੇਂਦਰ ਸਰਕਾਰ ਨੇ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਚੀਨ ਜਾਪਾਨ ਦੱਖਣੀ ਕੋਰੀਆ ਹਾਂਗਕਾਂਗ ਤੇ ਥਾਈਲੈਂਡ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਲਈ ਕੋਵਿਡ-19 ਟੈਸਟਿੰਗ ਲਾਜ਼ਮੀ ਕਰ ਦਿੱਤੀ ਸੀ ਮੰਡ ਦੀ ਰਿਪੋਰਟ ਅਨੁਸਾਰ ਕੈਰੀਅਰ ਨੈਟਵਰਕ ਦੇ ਸੀਓ ਅੰਛੂਮਨ ਦਾਸ ਨੇ ਪਾਚਨਹਾਰੀ ਆਟੋਮੋਬਾਈਲ ਵਪਾਰਕ ਦਫ਼ਤਰ ਯਾਤਰਾ ਤੇ ਆਵਾਜਾਈ ਦੇ ਖੇਤਰ ਹਾਈਲਾਈਟ ਰਹਿਣਗੇ ਮਿੰਟ ਨੇ ਰਿਪੋਰਟ ਦਿੱਤੀ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ